ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਅੱਜ 6ਵੇਂ ਨਵਰਾਤਰੇ ਤੇ ਬਹੁਤ ਬਹੁਤ ਸਵਾਗਤ ਹੈ। ਅੱਜ ਤੁਸੀਂ ਜਿਹੜਾ 6ਵੇਂ ਨਵਰਾਤਰੇ ਤੇ ਆਦਿ ਸ਼ਕਤੀ ਮਾਂ ਦੁਰਗਾ ਜੀ ਦੇ 6ਵੇਂ ਰੂਪ ਦੀ ਪੂਜਾ ਕਰਨੀ ਹੈ। ਸੋ ਮਾਂ ਕਾਤਿਆਇਨੀ ਜੀ ਦੀ ਪੂਜਾ ਅਸੀਂ ਕਰਦੇ ਹਾਂ। ਇਹਦੇ ਲਈ ਇੱਕ ਮੰਤਰ ਨੋਟ ਕਰੋ ਜੀ, ਤਾਂ ਤੁਸੀਂ ਜਿਹੜਾ ਹੈ ਵਿਸ਼ੇਸ਼ ਤੌਰ 'ਤੇ ਅੱਜ ਸਾਰਾ ਦਿਨ ਜਾਪ ਕਰ ਸਕਦੇ ਹੋ। ਚੰਦਰ ਹਾਸੁਜ ਵਲਕਰਾ ਸ਼ਾਰਦੂ ਲਵਰ ਵਾਹਨਾ ਕਾਤਿਆਇਨੀ ਸ਼ੁਭਮ ਦਦਿਆ ਦੇਵੀ ਦਾਨਵ ਘਾਤਿਨੀ। ਸੋ ਦੁਸ਼ਟਾਂ ਦਾ ਅਤੇ ਅਸੁਰਾਂ ਦਾ ਨਾਸ਼ ਕਰਨ ਵਾਲੀ ਮਾਂ ਕਾਤਿਆਇਨੀ ਜੀ ਨੂੰ ਅਸੀਂ ਨਮਸਕਾਰ ਕਰੀਏ। ਮਾਰਕੰਡੇ ਪੁਰਾਣ ਦੇ ਮੁਤਾਬਿਕ ਜਦ ਰਾਕਸ਼ਸ ਰਾਜ ਮਹਿਰਸ਼ਾਸੁਰ ਦਾ ਆਤੰਕ ਵੱਧ ਗਿਆ ਸੀਗਾ, ਤਾਂ ਦੇਵਤਾਵਾਂ ਦੇ ਕੰਮਾਂ ਨੂੰ ਸਿੱਧ ਕਰਨ ਲਈ ਦੇਵੀ ਮਾਂ ਨੇ ਮਹਿਰਸ਼ੀ ਕਾਤਿਆਇਨ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਉਹਨਾਂ ਦੇ ਘਰ ਪੁੱਤਰੀ ਦੇ ਰੂਪ ਦੇ ਵਿੱਚ ਜਨਮ ਲਿੱਤਾ। ਹਾਲਾਂਕਿ ਮਹਾਰਿਸ਼ੀ ਕਾਤਿਆਇਨ ਨੇ ਸਭ ਤੋਂ ਪਹਿਲਾਂ ਆਪਣੀ ਪੁੱਤਰੀ ਰੂਪੀ ਚਤੁਰਭੁਜੀ ਦੇਵੀ ਦਾ ਹੀ ਪੂਜਨ ਕੀਤਾ ਸੀ, ਜਿਸ ਕਾਰਨ ਮਾਤਾ ਦਾ ਨਾਮ ਕਾਤਿਆਇਨੀ ਪੈ ਗਿਆ। ਇਹ ਮਾਨਤਾ ਹੈਗੀ ਹੈ ਕਿ ਜਦੋਂ ਕੋਈ ਵੀ ਸ਼ਰਧਾ ਭਾਵ ਦੇ ਨਾਲ ਨਵਰਾਤਰੀ ਦੇ 6ਵੇਂ ਦਿਨ ਕਾਤਿਆਇਨੀ ਜੀ ਦੀ ਪੂਜਾ ਆਰਾਧਨਾ ਕਰਦਾ ਤਾਂ ਉਹਨੂੰ ਆਗਿਆ ਚੱਕਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਧਰਤੀ ਦੇ ਲੋਕ 'ਤੇ ਰਹਿੰਦੇ ਹੋਏ ਵੀ ਅਲੌਕਿਕ ਤੇਜ਼ ਦੇ ਨਾਲ ਯੁਕਤ ਹੋ ਜਾਂਦਾ ਹੈ ਅਤੇ ਉਹਨਾਂ ਦੇ ਸਾਰੇ ਰੋਗ ਸ਼ੋਕ ਸੰਤਾਪ ਡਰ ਹਮੇਸ਼ਾ ਲਈ ਨਸ਼ਟ ਹੋ ਜਾਂਦੇ ਹੈ। ਮਾਨਤਾ ਇਹ ਵੀ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਪਤੀ ਰੂਪ ਦੇ ਵਿੱਚ ਪ੍ਰਾਪਤ ਕਰਨ ਦੇ ਲਈ ਰੁਕਮਣੀ ਜੀ ਨੇ ਕਾਤਿਆਇਨੀ ਜੀ ਦੀ ਹੀ ਆਰਾਧਨਾ ਕੀਤੀ ਸੀ, ਜਿਸ ਕਾਰਨ ਮਾਂ ਕਾਤਿਆਇਨੀ ਜੀ ਨੂੰ ਮਨ ਦੀ ਸ਼ਕਤੀ ਵੀ ਕਿਹਾ ਜਾਂਦਾ ਹੈ। ਸੋ ਅੱਜ ਜਿਹੜਾ ਹੈ, ਸਾਨੂੰ ਬੜੇ ਦਰਸ਼ਕਾਂ ਨੇ ਪੁੱਛਿਆ ਕਿ ਸੁਖਮਿੰਦਰ ਜੀ ਇੱਦਾਂ ਦਾ ਕੋਈ ਮੰਤਰ ਦੱਸੋ ਕਿ ਜਿਹਦੇ ਨਾਲ ਜਿਹਵਾ ਵਿਕਾਰ ਦੂਰ ਹੁੰਦੀ ਹੈ, ਯਾਨੀ ਜੀਭ ਦਾ ਡਿਸਆਰਡਰ, ਜਿੱਦਾਂ ਤੁਤਲਾ ਕੇ ਬੋਲਦੇ ਨੇ ਕਈ ਬੱਚੇ, ਜਾਂ ਕਈ ਬੱਚੇ ਜਿਹੜੇ ਸਟੈਮਰਿੰਗ ਕਰਦੇ ਆ, ਹੱਕ ਲਾਉਂਦੇ ਆ, ਉਹਨਾਂ ਦੇ ਲਈ ਕਿਸ ਮੰਤਰ ਦੇ ਨਾਲ ਉਹ ਠੀਕ ਹੋ ਸਕਦੇ ਆ? ਦੇਖੋ, ਜੇ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਇੱਕ ਮੰਤਰ ਦਾ ਜਾਪ ਕਰੋ ਤਾਂ ਨਿਸ਼ਚਿਤ ਰੂਪ 'ਚ ਨਵਰਾਤਰਿਆਂ ਦੇ ਵਿੱਚ ਹੀ ਠੀਕ ਹੋ ਸਕਦੇ ਹੋ। ਮੰਤਰ ਹੈ ਓਮ ਸਾ ਸਰਵ ਮੰਗਲਾਭਿਆ ਨਮਾ। ਸੋ ਅੱਜ 6ਵਾਂ ਦਿਨ ਨਵਰਾਤਰਿਆਂ ਦਾ, ਸਾਨੂੰ ਦਾਨ ਵੀ ਤੁਸੀਂ ਪੁੱਛਿਆ ਬਣਿਆ ਨੇ, ਕੰਨਿਆਵਾਂ ਨੂੰ ਛੋਟੀਆਂ ਛੋਟੀਆਂ ਨੂੰ ਖਿਲੌਣੇ ਦੇ ਸਕਦੇ ਹੋ ਜਾਂ ਆਪਣੀ ਸ਼ਰਧਾ ਦੇ ਮੁਤਾਬਕ ਖੇਡ ਸਮੱਗਰੀ ਦਾ ਦਾਨ ਕਰ ਸਕਦੇ ਹੋ। ਫਿਰ ਜਿਨ੍ਹਾਂ ਦੇ ਘਰ ਦੀ ਪੱਛਮ ਦਿਸ਼ਾ ਜਿਹੜੀ ਹੈਗੀ ਹੈ ਵੈਸਟ, ਦੋਸ਼ਪੂਰਨ ਹੈਗੀ ਹੈ, ਅਤੇ ਉਹਦਾ ਕਿੱਦਾਂ ਇਲਾਜ ਕਰ ਸਕਦੇ ਹੈ? ਪਿਆਰੇ ਦਰਸ਼ਕੋ, ਪੱਛਮੀ ਦਿਸ਼ਾ ਦੀ ਜਿਹੜੀ ਸਵਾਮੀਤਵ ਪ੍ਰਾਪਤ ਹੈਗਾ ਸ਼ਨੀ ਦੇਵ ਨੂੰ, ਇਸ ਦਿਸ਼ਾ ਦੇ ਦੇਵਤਾ ਵਰੁਣ ਦੇਵ ਨੇ। ਸੋ ਇਸ ਲਈ ਇਸ ਦਿਸ਼ਾ ਦੇ ਵਿੱਚ ਕਿਚਨ ਕਦੀ ਵੀ ਨਾ ਬਣਾਓ। ਇਸ ਦਿਸ਼ਾ ਦੇ ਵਿੱਚ ਵਾਸਤੂ ਦੋਸ਼ ਹੋਣ 'ਤੇ ਸ਼ਨੀਦੇਵ ਦੇ ਮੰਤਰ ਓਮ ਸ਼ਨ ਸ਼ਨੈਸ਼ਰਾਏ ਨਵਾਂ ਮੰਤਰ ਦਾ ਛਾਪ ਕਰੋ। ਸੋ ਇਹਦੇ ਨਾਲ ਸ਼ਨੀਦੇਵ ਦਾ ਪ੍ਰਭਾਵ ਜਿੰਨਾ ਵੀ ਤੁਹਾਡੇ ਲਈ ਮਾੜਾ ਆ ਰਿਹਾ ਉਹ ਦੂਰ ਹੋਏਗਾ। ਸੋ ਇਹ ਸਾਰੀ ਡਿਟੇਲਸ ਰਿਟਰਨ ਫੋਰਮ ਦੇ ਵਿੱਚ ਤੁਸੀਂ ਸਾਡੇ ਅਖਬਾਰ ਵੌਇਸ ਆਫ ਏਸ਼ੀਅਨਸ ਦੇ ਵਿੱਚ ਵੀ ਪੜ੍ਹ ਸਕਦੇ ਹੋ। ਸਿਰਫ 150 ਰੁਪਇਆ ਸਾਲ ਦਾ ਚੰਦਾ ਭੇਜ ਕੇ ਇਸ ਅਖਬਾਰ ਨੂੰ ਤੁਸੀਂ ਹਰ ਹਫ਼ਤੇ ਘਰ ਬੈਠੇ ਬਿਠਾਏ ਵੀ ਮੰਗਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੇ ਫੇਸਬੁੱਕ ਅਕਾਊਂਟ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਲਾਈਕ ਕਰਕੇ ਉੱਥੇ ਪਈ ਜਾਣਕਾਰੀ ਵੀ ਚੱਕ ਸਕਦੇ ਹੋ। 935 ਤੋਂ ਜ਼ਿਆਦਾ ਸਾਡੀਆਂ ਵੀਡੀਓਜ਼ ਨੇ ਯੂਟਿਊਬ ਦੇ ਉੱਤੇ, ਉਹ ਵੀ ਜ਼ਰੂਰ ਦੇਖਿਓ ਜਦੋਂ ਵੀ ਟਾਈਮ ਮਿਲੇ। ਸੋ ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈ ਸਾਡੇ ਨੰਬਰ ਵਟਸਐਪ ਨੰਬਰ 9876202533 'ਤੇ ਸਾਨੂੰ ਐਡ ਕਰਕੇ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਕੰਟਰੀ ਦਾ ਨਾਮ ਭੇਜੋ। ਰੋਜ਼ ਤੁਹਾਨੂੰ ਨਵੇਂ ਨਵੇਂ ਰਾਈਟਅਪਸ ਐਸਟ੍ਰੋਲੋਜੀ ਦੇ ਪਹੁੰਚਣਗੇ, ਲੇਕਿਨ ਜੇ ਤੁਸੀਂ ਟੇਵਾ ਦਿਖਾਉਣਾ ਤਾਂ ਉਹਦੇ ਲਈ ਟਾਈਮ ਲੈਣਾ ਹੀ ਜ਼ਰੂਰੀ ਹੈਗਾ। ਹੁਣ ਅੱਜ ਦਾ ਰਾਸ਼ੀਫਲ ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਕੋਈ ਪਿਰਾਮਿਡ ਘਰ ਦੇ ਵਿੱਚ ਸਥਾਪਿਤ ਕਰਨਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੀ ਐਨਰਜੀ ਮਿਲਣਗੀ ਦਲੇਰੀ ਦੇ ਲਈ। ਵਰਿਸ਼ਠ ਰਾਸ਼ੀ ਵਾਲੇ ਇਸਤਰੀਆਂ ਦੇ ਚੱਕਰ ਦੇ ਵਿੱਚ ਫਸ ਕੇ ਬਦਨਾਮੀ ਕਰ ਸਕਦੇ ਹੈ, ਧਿਆਨ ਰੱਖਿਓ, ਚਾਵਲ ਜ਼ਰੂਰ ਦਾਨ ਕਰਿਓ। ਮਿਥੁਨ ਰਾਸ਼ੀ ਵਾਲਿਆਂ ਨੂੰ ਨਾਮ ਮਾਨ ਸਨਮਾਨ ਅੱਜ ਕਾਫੀ ਜ਼ਿਆਦਾ ਮਿਲ ਸਕਦਾ ਹੈ। ਕਰਕ ਰਾਸ਼ੀ ਵਾਲਿਆਂ ਦਾ ਭਾਗਯ ਅੱਜ ਚਮਕ ਸਕਦਾ ਹੈ। ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ, ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਹਨ। ਕਿ ਕੰਨਿਆ ਰਾਸ਼ੀ ਵਾਲੇ ਵਿਦੇਸ਼ ਦੀ ਧਰਤੀ ਨੂੰ ਲਤਾੜਨ ਦਾ ਸੁਪਨਾ ਪੂਰਾ ਹੋ ਸਕਦਾ ਹੈ। ਤੁਲਾ ਰਾਸ਼ੀ ਵਾਲੇ ਫੋਨ ਦੀ ਪਹਿਲੀ ਘੰਟੀ ਕੋਈ ਸੁਖਦ ਸਮਾਚਾਰ ਸੁਣਾ ਸਕਦੀ ਹੈ, ਜਦਕਿ ਵਰਿਸ਼ਚਿਕ ਰਾਸ਼ੀ ਵਾਲਿਆਂ ਦੇ ਸ਼ਤਰੂ ਜਾਗ ਸਕਦੇ ਨੇ। ਤਨੂ ਰਾਸ਼ੀ ਵਾਲੇ ਕੋਰਟ ਕਚਹਿਰੀ 'ਚ ਗਲਤ ਜਾਂ ਝੂਠੀ ਗਵਾਹੀ ਨਾ ਦੇਣ, ਨਹੀਂ ਤਾਂ ਫਸ ਸਕਦੇ ਹੋ। ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਪਿਤਾ ਜੀ ਦੀ ਆਗਿਆ ਦੇ ਨਾਲ ਕੋਈ ਵੱਡਾ ਕੰਮ ਸਿਰੇ ਚੜ੍ਹ ਸਕਦਾ ਹੈ। ਕੁੰਭ ਰਾਸ਼ੀ ਵਾਲੇ ਬੂਟੇ ਲਗਾਉਣ ਅੱਜ ਬਹੁਤ ਅੱਛਾ ਰਿਜ਼ਲਟ ਆਉਣ ਵਾਲੇ ਟਾਈਮ 'ਚ ਵਪਾਰ ਦੇ ਵਿੱਚ ਮਿਲੇਗਾ। ਅਤੇ ਮੀਨ ਰਾਸ਼ੀ ਵਾਲਿਆਂ ਦੇ ਲਈ ਅੱਜ ਨਾਮ ਮਾਨ ਸਨਮਾਨ ਬਹੁਤ ਉੱਚਾ ਹੋ ਸਕਦਾ ਹੈ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ, ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ।
ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ ਜੀ, ਸ਼੍ਰੀ ਸੁਖਮਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ। ਫੋਨ ਨੰਬਰ 94-170-2533 ਅਤੇ 98-726-2533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ, ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਕਾਲਾ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ, 10 ਬੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਅਤੇ ਆਪਣੇ ਜਨਮ ਦਿਨ 'ਤੇ, ਹਰ ਜਨਮ ਦਿਨ 'ਤੇ 4 ਫਲਦਾਰ ਬੂਟੇ ਕਿਸੇ ਪਬਲਿਕ ਪਲੇਸ 'ਤੇ ਜ਼ਰੂਰ ਲਗਾਈਓ। ਫਿਰ ਦੇਖੋ ਤੁਹਾਡੇ ਸਾਰੇ ਸਿਤਾਰੇ ਕਿੰਨੇ ਵਧੀਆ। ਕੱਲ੍ਹ ਫਿਰ ਮਿਲਦੇ ਹਾਂ। ਨਮਸਕਾਰ।